ਜਿਹੜਾ ਪਹਿਲਾਂ ਖਦਸ਼ਾ ਸੀਗਾ ਕਿ ਪੰਜਾਬ ਸਰਕਾਰ ਵੀ ਹਰਿਆਣਾ ਜਾਂ ਮੋਦੀ ਨਾਲ ਰਲੀ ਹੋਈ ਆ, ਉਹ ਹੁਣ ਸਪਸ਼ਟ ਹੋ ਗਿਆ ਕਿਉਂਕਿ ਪਿੱਛੇ ਅਸੀਂ ਖੜੇ ਹਾਂ ਬਾਹਮਣ ਵਾਲਾ ਬਾਰਡਰ ਜੋ ਰਤੀ ਇਹਦੇ ਕੋਲ ਆ, ਅਤੇ ਪਿੱਛੇ ਪੰਜਾਬ ਦਾ ਜੋ ਲਾਸਟ ਪਿੰਡ ਪੈਂਦਾ ਲੱਖੀਵਾਲ, ਉੱਥੇ ਪੰਜਾਬ ਸਰਕਾਰ ਨੇ ਬੈਰੀਕੇਡਿੰਗ ਕਰਕੇ ਰੋਕਾਂ ਲਾਈਆਂ ਹੋਈਆਂ। ਅਤੇ ਇਹ ਜੋ ਤੁਸੀਂ ਦੇਖ ਰਹੇ ਹੋ, ਇਹ ਆ ਬਾਹਮਣ ਵਾਲਾ ਪਿੰਡ, ਹਰਿਆਣੇ ਦਾ ਪਹਿਲਾ ਪਿੰਡ ਆ। ਅਤੇ ਇੱਥੇ ਬੁਰੀ ਤਰ੍ਹਾਂ ਇਹਨਾਂ ਨੇ ਪੱਥਰ ਲਾ ਕੇ, ਬੰਝ ਲਾ ਕੇ, ਅਤੇ ਕੰਡਿਆਲੀਆਂ ਤਾਰਾਂ ਜਿਨ੍ਹਾਂ 'ਤੇ ਬੈਨ ਸਰਕਾਰ ਵੱਲੋਂ ਯੂਪੀ ਸਰਕਾਰ ਨੇ, ਉਹ ਪਸ਼ੂਆਂ ਦੇ ਵੀ ਨਹੀਂ ਲੱਗ ਸਕਦੀਆਂ, ਉਹ ਤਾਰਾਂ ਲਾ ਕੇ ਇਹ ਅੱਜ ਇਹਨਾਂ ਨੇ ਇੱਥੇ ਬੈਰੀਕੇਟਿੰਗ ਕਰੀ ਹੋਈ ਹੈ। ਅਤੇ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਕਿ ਨਿੱਜੀ ਵਾਹਨ, ਟਰੱਕ, ਵੱਡੇ ਟਰਾਲੇ ਜਿਹੜੇ ਉਹ ਵੀ ਸੜਕ 'ਤੇ ਖੜ੍ਹਾ ਕੇ ਉਹ ਰੋਕਿਆ ਹੋਇਆ। ਅੱਜ ਸਾਨੂੰ ਲੱਗਦਾ ਵੀ ਬੇਗਾਨੇਪਣ ਦੀ ਇੱਕ ਜਿਹੜੀ ਹੈਗੀ ਆ, ਅਸੀਂ ਦੇਸ਼ ਦੇ ਵਿੱਚ ਰਹਿੰਦੇ ਹੋਏ, ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਇਹ ਸੋਚਦੇ ਹਾਂ ਵੀ ਹਰਿਆਣਾ ਦੇ ਵਿੱਚ ਅਸੀਂ ਲੰਘ ਨਹੀਂ ਸਕਦੇ, ਅੱਗੇ ਦੇ ਅੱਗੇ ਯੂਪੀ 'ਚ ਨਹੀਂ ਜਾ ਸਕਦੇ। ਇਹ ਸਾਨੂੰ ਮਹਿਸੂਸ ਕਰਾਤਾ ਮੋਦੀ ਸਰਕਾਰ ਨੇ ਵੀ ਅਸੀਂ ਪੰਜਾਬ ਦੇ ਲੋਕ ਅੱਜ ਹਰਿਆਣੇ ਦੀ ਬਾਰਡਰ ਦੇ ਵਿੱਚ ਨਹੀਂ ਜਾ ਸਕਦੇ। ਸੋ ਇਹ ਬਹੁਤ ਮਾੜਾ, ਅੱਜ ਸੰਵਿਧਾਨ ਦਿਵਸ ਦੇ ਉੱਤੇ ਸੰਵਿਧਾਨਕ ਰੋਕਾਂ ਲਾ ਕੇ, ਜਿਹੜੀਆਂ ਗੈਰ ਕਾਨੂੰਨੀ ਰੋਕਾਂ ਲਾ ਕੇ ਅੱਜ ਸਾਨੂੰ ਇਹਨਾਂ ਨੇ ਰੋਕਿਆ ਹੋਇਆ। ਕਰੋ।